ਪ੍ਰਧਾਨ ਜੀ। ਹਾਂਜੀ, ਮੈਂ ਕਿਸਾਨ ਮਜ਼ਦੂਰ ਸਹਾਇਤਾ ਕਮੇਟੀ ਪੰਜਾਬ ਆਗੂ ਪਾਖਰ ਸਿੰਘ ਲਾਲਪੁਰਾ। ਅੱਜ ਵੀਰੋ 20 ਤਰੀਕ ਆ। ਪਿਛਲੇ ਦਿਨਾਂ ਤੋਂ ਬੜੀਆਂ ਖਬਰਾਂ ਚੱਲ ਰਹੀਆਂ ਸੀ। ਅਸੀਂ ਸੋਸ਼ਲ ਮੀਡੀਆ 'ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੀ ਹਾਂ ਵੀ ਅੱਜ ਉਹ ਗਰਾਊਂਡ ਜ਼ੀਰੋ 'ਤੇ ਸ਼ੰਭੂ ਬਾਰਡਰ 'ਤੇ ਖੜ੍ਹੇ ਆ ਵੀ ਜਿਹੜੇ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਸੀਗੇ, ਪਿੰਡਾਂ ਦੇ ਵਿੱਚ ਅਫਵਾਹਾਂ ਫੈਲ ਗਈਆਂ ਕਿ ਬਾਰਡਰ ਖੁੱਲ੍ਹ ਗਿਆ। ਭਰਾਓ, ਅੱਜ ਉਸੇ ਸ਼ੰਭੂ ਬਾਰਡਰ 'ਤੇ ਖੜ੍ਹੇ ਹਾਂ 20 ਤਰੀਕ ਨੂੰ। ਉਹ ਦੇਖੋ, ਹਰਿਆਣਾ ਸਰਕਾਰ, ਮੋਦੀ ਸਰਕਾਰ ਦੀਆਂ ਫੌਜਾਂ ਲੱਗੀਆਂ, ਬਾਰਡਰ ਬਿਲਕੁਲ ਸੀਲ ਆ। ਆਹ ਆਉਣ ਵਾਲਾ ਵਾ ਅਤੇ ਇੱਧਰ ਵੀ ਮੈਂ ਕੈਮਰਾਮੈਨ ਉੱਧਰ ਵੀ ਬੰਨੇ ਵੀ ਦਿਖਾ ਦਿਓ, ਉੱਧਰ ਵੀ ਜਿਹੜਾ ਉਹ ਬਾਰਡਰ ਆ ਉਹ ਵੀ ਬੰਦ ਆ। ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਸੋਸ਼ਲ ਮੀਡੀਆ 'ਤੇ ਕੁਛ ਹੋ ਰਿਹਾ ਅਤੇ ਗਰਾਊਂਡ 'ਤੇ ਕੁਝ ਹੋ ਰਿਹਾ ਵਾ, ਕਿਉਂਕਿ ਜੋ ਉੱਥੇ ਦਿਖਾਇਆ ਜਾਂਦਾ ਉਹ ਇੱਥੇ ਗਰਾਊਂਡ 'ਤੇ ਨਹੀਂ ਹੋ ਰਿਹਾ। ਇਸ ਕਰਕੇ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਦੱਸਣਾ ਚਾਹੁੰਦੇ, ਤੁਹਾਡੇ ਹੱਥਾਂ ਦੀ ਲੜਾਈ ਵਾਸਤੇ, ਕਿਸਾਨ ਦੀ, ਮਜ਼ਦੂਰ ਦੀ, ਦੁਕਾਨਦਾਰ ਦੀ, ਵਿਦਿਆਰਥੀ ਦੀ, ਸਾਰਿਆਂ ਦੀ ਲੜਾਈ ਲੜਨ ਵਾਸਤੇ ਲਗਾਤਾਰ ਜਿਹੜੀਆਂ ਦੋ ਕੌਲਮਰਾਂ ਦਾ ਸਾਂਝਾ, ਜਿਹੜੀਆਂ ਜਥੇਬੰਦੀਆਂ ਦਾ ਜਿਹੜਾ ਮੋਰਚਾ, ਉਹ ਸ਼ੰਭੂ ਬਾਰਡਰ 'ਤੇ ਚੱਲ ਰਿਹਾ ਵਾ। ਸੰਗਤਾਂ ਬਹੁਤ ਸਾਥ ਦੇ ਰਹੀਆਂ, ਪਰ ਸਰਕਾਰਾਂ ਕੋਈ ਵੀ ਹੁਣ ਭਰਾਓ ਸਾਨੂੰ ਲਗਾਤਾਰ ਹੀ, ਪਿੱਛੇ ਵੀ ਆਪਾਂ ਦਿੱਲੀ ਅੰਦੋਲਨ ਜਿਹੜਾ ਲੜ ਕੇ ਆਏ ਹਾਂ, ਉਦੋਂ ਵੀ 13 ਮਹੀਨੇ ਸੜਕਾਂ 'ਤੇ ਬਹਿ ਕੇ ਆਏ, 750 ਕਿਸਾਨ ਵੀ ਸ਼ਹੀਦ ਕਰਾਇਆ, ਇਹਨਾਂ ਮੰਨਿਆ MSP ਗਰੰਟੀ ਕਾਨੂੰਨ ਨੂੰ। ਇਹ ਤਾਂ ਆਹ ਮਕਸਦ ਤੁਹਾਨੂੰ ਦੱਸਦਾ ਵੀ ਗਰਾਊਂਡ ਜ਼ੀਰੋ 'ਤੇ ਜਿਹੜੀਆਂ ਗੱਲਾਂ ਵਾ ਉਹ ਕੁਝ ਹੋ ਰਿਹਾ ਅਤੇ ਜਿਹੜੀਆਂ ਇਹਨਾਂ ਦਾ ਗੋਦੀ ਮੀਡੀਆ ਆਪਾਂ ਨੂੰ ਦਿਖਾਉਣ ਡਿਆ ਉਹ ਕੁਝ ਹੋ ਰਿਹਾ। ਅਜੇ ਤੱਕ ਸ਼ੰਭੂ ਬਾਰਡਰ ਜਿਸ ਤਰ੍ਹਾਂ 13 ਫਰਵਰੀ ਨੂੰ ਇਹਨਾਂ ਨੇ ਤਸ਼ੱਦਦ ਕੀਤਾ ਕਿਸਾਨਾਂ ਦੇ, ਸੇਮ ਉਹੀ ਹਾਲਾਤ ਆ, ਉਸੇ ਤਰ੍ਹਾਂ ਹੀ ਫੌਜਾਂ ਉੱਧਰ ਤਣਾਅ ਬੈਠੀਆਂ ਵਾ। ਵਾਹਗਾ ਬਾਰਡਰ ਬਣਾ ਰੱਖਿਆ ਇਹਨਾਂ ਨੇ, ਇੱਧਰ ਵੀ ਹਿੰਦੁਸਤਾਨ ਪਾਕਿਸਤਾਨ ਆ। ਇਸ ਕਰਕੇ ਭਰਾਓ ਆਪਾਂ ਨੂੰ ਸਿਰ ਜੋੜਨ ਦੀ ਲੋੜ ਆ, ਪਿੰਡਾਂ ਦੇ ਵਿੱਚੋਂ ਪਾਰਟੀ ਬਾਜ਼ੀਆਂ ਛੱਡ ਕੇ ਆਓ, ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜੇ ਸੰਘਰਸ਼ ਨੂੰ ਹੋਰ ਬਲ ਦੇਈਏ, ਕਿਉਂਕਿ ਬਲ ਮਿਲ ਰਿਹਾ ਵਾ, ਪਰ ਅਜੇ ਵੀ ਜਿਹੜੀਆਂ ਘਾਟ ਕਮਜ਼ੋਰੀਆਂ ਹੋਈਆਂ ਆਪਾਂ ਉਹ ਰਲ ਮਿਲ ਕੇ ਪੂਰੀਆਂ ਕਰੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।